ਤੁਸੀਂ ਸੋਚ ਕੇ ਦੇਖੋ ਕਿ ਅੱਜ ਤੋਂ 30 ਸਾਲ ਪਹਿਲਾਂ ਬਣੀ ਹੋਈ ਫਿਲਮ ਜੱਟ ਜੋਣਾ ਮੋੜ ਇੰਨੀ ਕਿ ਜ਼ਿਆਦਾ ਹਿੱਟ ਹੋ ਗਈ ਸੀ ਕਿ ਅੱਜ ਵੀ ਲੋਕ ਉਹਨੂੰ ਟਾਈਮ ਕੱਢ ਕੇ ਦੇਖਦੇ ਨੇ ਤੇ ਉਸ ਟਾਈਮ ਸੋਸ਼ਲ ਮੀਡੀਆ ਦਾ ਵੀ ਜ਼ਮਾਨਾ ਨਹੀਂ ਸੀ ਤੇ ਇੰਨੇ ਜ਼ਿਆਦਾ ਪ੍ਰੋਮੋਸ਼ਨ ਵੀ ਨਹੀਂ ਹੁੰਦੇ ਸੀ ਉਦੋਂ ਸਿਰਫ 2-3 ਆਰਟੀਕਲ ਹੀ ਪ੍ਰਿੰਟ ਹੁੰਦੇ ਸੀ ਨਿਊਜ਼ਪੇਪਰਸ 'ਤੇ ਤੇ ਕੋਈ ਵੀ ਐਕਸ਼ਨ ਫਿਲਮ ਬਣਾਉਣ ਦੇ ਵਿੱਚ ਕਾਫੀ ਜ਼ਿਆਦਾ ਰਿਸਕ ਵੀ ਹੁੰਦਾ ਇਹ ਆਪਾਂ ਸਾਰੇ ਜਾਣਦੇ ਆ ਤੇ ਜੇਕਰ ਜੱਟ ਜੋਣਾ ਮੋੜ ਫਿਲਮ ਦੇ ਬਾਰੇ ਗੱਲ ਕਰੀਏ ਤਾਂ ਉਸ ਟਾਈਮ ਗੂਗਲ ਨੂੰ ਸੱਟ ਲੱਗੀ ਸੀ ਘੋੜੀ ਤੋਂ ਡਿੱਗਣ ਦੇ ਕਾਰਨ ਤੇ ਅੱਜ ਕੱਲ ਵੀ ਕਾਫੀ ਆਰਟਿਸਟ ਨੇ ਜ